ਮੈਡੀਕਲ ਕਾਲਜ ਦੇ ਵਿੱਚ ਮੁੱਖ ਮੰਤਰੀ ਕੈਂਸਰ ਰਿਲੀਫ ਫੰਡ, ਫਰਿਸ਼ਤੇ, ਆਯੁਸ਼ਮਾਨ, ਉਹਨਾਂ ਸਾਰੀਆਂ ਸਕੀਮਾਂ ਦਾ ਅੱਜ ਮੈਂ ਨਿਰੀਖਣ ਕੀਤਾ ਔਰ ਮੈਨੂੰ ਇਹ ਫੀਡਬੈਕ ਮਿਲਿਆ ਕਿ ਉਹ ਠੀਕ ਚੱਲ ਰਹੀਆਂ। ਔਰ ICU ਦਾ ਦੌਰਾ ਕੀਤਾ, ਸਰਜੀਕਲ ਵਾਰਡ ਦਾ ਦੌਰਾ ਕੀਤਾ, ਉੱਥੇ ਇੱਕ ਦੋ ਚੀਜ਼ਾਂ ਇੰਪਰੂਵ ਕਰਨ ਵਾਲੀਆਂ ਸੀਗੀਆਂ, ਉਹ ਇੰਪਰੂਵ ਕਰ ਲਾਂਗੇ। ਵੈਸੇ ਕੇਅਰ ਦੇ ਪੱਖੋਂ, ਫੈਸਿਲਿਟੀਜ਼ ਦੇ ਪੱਖੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਬਹੁਤ ਵਧੀਆ ਸੇਵਾਵਾਂ ਨਿਭਾ ਰਿਹਾ। ਜਿੱਥੇ ਕਿਤੇ ਕਮੀਆਂ ਉਹ ਅਸੀਂ ਲਗਾਤਾਰ ਲੱਗ ਕੇ, ਗੁਰੂ ਸਾਹਿਬ ਦੀ ਕਿਰਪਾ ਹੁੰਦੀ ਰਹੇਗੀ, ਅਸੀਂ ਦੂਰ ਕਰਦੇ ਰਹਾਂਗੇ। ਬਾਕੀ ਮੈਨੂੰ ਤਾਂ ਬਣਾਇਆ ਹੀ ਮਰੀਜ਼ਾਂ ਦੀਆਂ ਦਵਾਵਾਂ ਨੇ ਆ ਜੀ, ਸੋ ਇਹ ਸਾਡਾ ਜਿਹੜਾ ਪ੍ਰਾਇਮਰੀ ਕੰਮ ਹੈ ਮੈਡੀਕਲ ਕਾਲਜ ਹਸਪਤਾਲ ਜਿਹੜੇ ਠੀਕ ਕਰਨੇ। ਅਰਵਿੰਦ ਜੀ ਦਾ ਵੀ ਇਹੀ ਜਿਹੜਾ ਦਿਸ਼ਾ ਨਿਰਦੇਸ਼ ਰਹਿੰਦੇ ਵੀ ਜਿਹੜੀ ਹੈਲਥ ਅਤੇ ਐਜੂਕੇਸ਼ਨ ਉਸੇ ਤਰ੍ਹਾਂ ਮਾਨਸਾ ਲੱਗੇ ਹੋਏ, ਸੋ ਸਾਰੇ ਅਸੀਂ ਰੱਖ ਕੇ ਕਰਦੇ। ਸੋ ਕਿਸਾਨਾਂ ਦੀ ਜਿਹੜੀ ਲੜਾਈ ਲੜਦੇ ਹਾਂ, ਦੇਸ਼ ਦੀ ਲੜਾਈ ਲੜਦੇ ਹਾਂ, ਆਮ ਲੋਕਾਂ ਦੀ, ਕੰਜ਼ਿਊਮਰ ਦੀ, ਦੁਕਾਨਦਾਰਾਂ ਦੀ ਲੜਾਈ ਲੜ ਰਹੇ ਸੀ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਸੀ, ਉਹ ਕਹਿ ਨੂੰ ਖੇਤੀ ਦੇ ਕਾਲੇ ਕਾਨੂੰਨ ਸੀ, ਲੇਕਿਨ ਉਹ ਸਾਰੇ ਸਿਸਟਮ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਸੀ। ਸੋ ਉਹਦੇ ਖਿਲਾਫ਼ ਸੰਘਰਸ਼ ਲੜਦਿਆਂ ਨਵਦੀਪ ਜਲਵੀੜਾ ਹੋਰਾਂ ਨੂੰ ਅੱਜ ਜ਼ਮਾਨਤ ਮਿਲੀ। ਸੋ ਉਹਦਾ ਜਿਹੜਾ ਉਹਨਾਂ ਦਾ ਕਾਨੂੰਨੀ ਹੱਕ ਸੀ, ਸਰਕਾਰ ਨੇ ਬੜੀਆਂ ਉਹਦੇ 'ਚ ਰੋਕਾਂ ਲਾਈਆਂ, ਧੱਕੇਸ਼ਾਹੀ ਕੀਤੀ, ਲੇਕਿਨ ਉਹਨੂੰ ਜ਼ਮਾਨਤ ਮਿਲੀ। ਮੈਂ ਜੁਡੀਸ਼ਰੀ ਦਾ ਬਹੁਤ ਧੰਨਵਾਦ ਕਰਦਾ ਔਰ ਦੇਸ਼ ਦੇ ਲੋਕਾਂ ਕਹਿੰਦਾ ਵੀ ਇਕੱਠੇ ਹੋ ਕੇ ਜਿਹੜੀ ਸਮਰਥਵਾਦੀ, ਪੂੰਜੀਵਾਦੀ ਜਿਹੜੀਆਂ ਤਾਕਤਾਂ ਹੈ ਉਹਨਾਂ ਦੇ ਖਿਲਾਫ਼ ਆਪਾਂ ਦੇਸ਼ ਨੂੰ ਬਚਾਈਏ, ਤਾਂ ਹੀ ਦੇਸ਼ ਸਸ਼ਕਤ ਹੋਏ। ਮੈਡੀਕਲ ਕਾਲਜ ਦੇ ਵਿੱਚ ਮੁੱਖ ਮੰਤਰੀ ਕੈਂਸਰ ਰਿਲੀਫ ਫੰਡ, ਫਰਿਸ਼ਤੇ, ਆਯੁਸ਼ਮਾਨ, ਉਹਨਾਂ ਸਾਰੀਆਂ ਸਕੀਮਾਂ ਦਾ ਅੱਜ ਮੈਂ ਨਿਰੀਖਣ ਕੀਤਾ ਔਰ ਮੈਨੂੰ ਇਹ ਫੀਡਬੈਕ ਮਿਲਿਆ ਕਿ ਉਹ ਠੀਕ ਚੱਲ ਰਹੀਆਂ। ਔਰ ICU ਦਾ ਦੌਰਾ ਕੀਤਾ, ਸਰਜੀਕਲ ਵਾਰਡ ਦਾ ਦੌਰਾ ਕੀਤਾ, ਉੱਥੇ ਇੱਕ ਦੋ ਚੀਜ਼ਾਂ ਇੰਪਰੂਵ ਕਰਨ ਵਾਲੀਆਂ ਸੀਗੀਆਂ, ਉਹ ਇੰਪਰੂਵ ਕਰ ਲਾਂਗੇ। ਵੈਸੇ ਕੇਅਰ ਦੇ ਪੱਖੋਂ, ਫੈਸਿਲਿਟੀਜ਼ ਦੇ ਪੱਖੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਬਹੁਤ ਵਧੀਆ ਸੇਵਾਵਾਂ ਨਿਭਾ ਰਿਹਾ। ਜਿੱਥੇ ਕਿਤੇ ਕਮੀਆਂ ਉਹ ਅਸੀਂ ਲਗਾਤਾਰ ਲੱਗ ਕੇ, ਗੁਰੂ ਸਾਹਿਬ ਦੀ ਕਿਰਪਾ ਹੁੰਦੀ ਰਹੇਗੀ, ਅਸੀਂ ਦੂਰ ਕਰਦੇ ਰਹਾਂਗੇ। ਬਾਕੀ ਮੈਨੂੰ ਤਾਂ ਬਣਾਇਆ ਹੀ ਮਰੀਜ਼ਾਂ ਦੀਆਂ ਦਵਾਵਾਂ ਨੇ ਆ ਜੀ, ਸੋ ਇਹ ਸਾਡਾ ਜਿਹੜਾ ਪ੍ਰਾਇਮਰੀ ਕੰਮ ਹੈ ਮੈਡੀਕਲ ਕਾਲਜ ਹਸਪਤਾਲ ਜਿਹੜੇ ਠੀਕ ਕਰਨੇ। ਅਰਵਿੰਦ ਜੀ ਦਾ ਵੀ ਇਹੀ ਜਿਹੜਾ ਦਿਸ਼ਾ ਨਿਰਦੇਸ਼ ਰਹਿੰਦੇ ਵੀ ਜਿਹੜੀ ਹੈਲਥ ਅਤੇ ਐਜੂਕੇਸ਼ਨ ਉਸੇ ਤਰ੍ਹਾਂ ਮਾਨਸਾ ਲੱਗੇ ਹੋਏ, ਅਸੀਂ ਸਾਰੇ ਅਸੀਂ ਰੱਖ ਕੇ ਕਰਦੇ। ਸੋ ਕਿਸਾਨਾਂ ਦੀ ਜਿਹੜੀ ਲੜਾਈ ਲੜਦੇ ਹਾਂ, ਦੇਸ਼ ਦੀ ਲੜਾਈ ਲੜਦੇ ਹਾਂ, ਆਮ ਲੋਕਾਂ ਦੀ, ਕੰਜ਼ਿਊਮਰ ਦੀ, ਦੁਕਾਨਦਾਰਾਂ ਦੀ ਲੜਾਈ ਲੜ ਰਹੇ ਸੀ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਸੀ, ਉਹ ਕਹਿ ਨੂੰ ਖੇਤੀ ਦੇ ਕਾਲੇ ਕਾਨੂੰਨ ਸੀ, ਲੇਕਿਨ ਉਹ ਸਾਰੇ ਸਿਸਟਮ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਸੀ। ਸੋ ਉਹਦੇ ਖਿਲਾਫ਼ ਸੰਘਰਸ਼ ਲੜਦਿਆਂ ਨਵਦੀਪ ਜਲਵੀੜਾ ਹੋਰਾਂ ਨੂੰ ਅੱਜ ਜ਼ਮਾਨਤ ਮਿਲੀ। ਸੋ ਉਹਦਾ ਜਿਹੜਾ ਉਹਨਾਂ ਦਾ ਕਾਨੂੰਨੀ ਹੱਕ ਸੀ, ਸਰਕਾਰ ਨੇ ਬੜੀਆਂ ਉਹਦੇ 'ਚ ਰੋਕਾਂ ਲਾਈਆਂ, ਧੱਕੇਸ਼ਾਹੀ ਕੀਤੀ, ਲੇਕਿਨ ਉਹਨੂੰ ਜ਼ਮਾਨਤ ਮਿਲੀ। ਮੈਂ ਜੁਡੀਸ਼ਰੀ ਦਾ ਬਹੁਤ ਧੰਨਵਾਦ ਕਰਦਾ ਔਰ ਦੇਸ਼ ਦੇ ਲੋਕਾਂ ਕਹਿੰਦਾ ਵੀ ਇਕੱਠੇ ਹੋ ਕੇ ਜਿਹੜੀ ਸਮਰਥਵਾਦੀ, ਪੂੰਜੀਵਾਦੀ ਜਿਹੜੀਆਂ ਤਾਕਤਾਂ ਹੈ ਉਹਨਾਂ ਦੇ ਖਿਲਾਫ਼ ਆਪਾਂ ਦੇਸ਼ ਨੂੰ ਬਚਾਈਏ, ਤਾਂ ਹੀ ਦੇਸ਼ ਸਸ਼ਕਤ ਹੋਏ।